ਸਾਡੇ ਚੈਨਲ ਨੂੰ ਨਾ ਸਬਸਕ੍ਰਾਈਬ ਕਰੋ। ਕੱਪੜਾ ਮਾਰਨ ਦੀ ਲੋੜ ਹੀ ਨੀ ਪੈਂਦੀ ਸਾਨੂੰ। ਲਓ ਹਾਂ ਚੈੱਕ ਕਰੋ, ਟਾਪੇ ਚੈੱਕ ਕਰੋ, ਉਧਰ ਟਾਪੇ ਚੈੱਕ ਕਰੋ। ਆਹ ਦੇਖੋ ਪਾਣੀ ਨੀ ਖੜਦਾ, ਬੁਲਡੋਗ ਬੁਲਡੋਗ ਦਾ ਕੁਛ ਵੀ ਨੀ। ਓਏ ਉਹਦੀ ਟੈਂਕੀ ਦੇਖੋ, ਤੂੰ ਟੱਕਰ ਹੀ ਇਹਦਾ ਕੰਮ ਕੀਤਾ ਆਪਾਂ। ਉਹ ਲੱਭ ਮਾਈਨਸ ਦੇਖੋ, ਬਈ ਸਾਡਾ ਬੁਲਟ ਤਾਂ ਚਮਕਦਾ ਹੀ ਚਮਕਦਾ ਆ, ਸਾਡੇ ਬੁਲਟ ਦਾ ਰਿਮ ਵੀ ਚਮਕਦਾ ਵੀ ਚਮਕਦਾ। ਦੀ ਗੱਲ ਹੈ ਲੋ ਜੀ, ਅੱਜ ਹੈਗਾ ਮੇਰਾ ਜਨਮ ਦਿਨ। ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਜਿੰਨੇ ਦੇਖਦੇ, ਕਿਉਂਕਿ ਨਾਲ ਦੇ ਹੀ ਦੇਖਦੇ ਆ ਇਹ। ਔਰ ਅੱਜ ਦੀ ਵਾਇਆ ਅਸੀਂ ਚੱਲੇ ਹੁਣ ਪਾਰਟੀ ਕਰਨ ਰਾਜ ਦੇ ਮੁੰਡਿਆਂ ਨੂੰ। ਆਹ ਦਿਲਪ੍ਰੀਤ ਬੈਠਾ, ਆਹ ਦਿਲਵੀਨ ਨੂੰ ਮਿਲੋ। ਇਹ ਰਾਤ ਪਾਰਟੀ ਸਿਰਫ ਰਾਜ ਦੀ ਮੁੰਡਿਆਂ ਨੂੰ, ਸਾਨੂੰ ਨੀ ਹੈਗੀ। ਆਇਆ ਸੀਗਾ ਮੇਰਾ ਹੁਣ ਮੇਰੇ ਵਲੌਗ ਚ ਤਾਂ ਹਾਏ ਕਰ। ਹਾਏ ਤਾਂ ਕਰਦੇ, ਕੀ ਕਹਿਣਾ ਨੀ ਵਲੌਗ ਚ ਸਾਡੇ ਚੈਨਲ ਨੂੰ ਨਾ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰੋ ਹਨਾ। ਹਾਂ ਦੇਖੋ ਜੀ, ਅੱਜ ਅੱਜ ਸਾਡਾ ਆਇਆ ਵਾ ਉਗਰਵਾਦੀਆ, ਦਾੜੀ ਚੈੱਕ ਕਰੋ। ਰਾਜਦੀਪ ਸਿੰਘ ਨੂੰ ਅਸੀਂ ਤਾਂ ਲਿਆ ਇੱਥੇ ਪੁਲਿਸ ਵਾਲੇ ਨਾ ਰੋਕ ਲੈਣ। ਬਿਗ ਕਾਰ ਬਾਜ਼ਾਰ, ਲੋ ਵੀ ਪਹੁੰਚ ਗਏ ਗੱਡੀ ਆਪਾਂ ਕਰਤੀ ਪਾਰਕ ਤੇ ਬਾਕੀ ਹੁਣ ਚੱਲੇ ਅੰਦਰ। ਆਇਆ ਦਿਲਵੀਨ ਚੱਲੀਏ, ਖਿਡੌਣੇ ਦੇਖ ਗਏ ਯਾਦ ਆ ਦਿਲਪ੍ਰੀਤ, ਆਪਾਂ ਚੈਸ ਖੇਡੀ ਸੀ ਇੱਥੇ। ਦਿਲਪ੍ਰੀਤ
ਯਾਦ ਹੈ ਚੈਸ ਖੇਡੀ ਸੀ? ਇੱਥੇ ਦਿਲਪ੍ਰੀਤ ਦਾ ਨਾਮ ਲੈ ਦੋ, ਤੁਹਾਨੂੰ ਡਿਸਕਾਊਂਟ ਮਿਲੂਗਾ। ਡਿਸਕਾਊਂਟ ਨਹੀਂ, ਅਗਲੇ ਦੁੱਗਣਾ ਕਰਕੇ ਲਾਉਣਗੇ। ਆਹ ਦੇ ਬੱਤਕਾਂ ਕੀ ਗਾਣਾ ਬਈ? ਬੂਟ ਪਾਣ ਗਏ ਸੀਗੇ ਪਰ ਨਹੀਂ, ਬੂਟ ਨਹੀਂ ਪਾ ਕੇ ਆਏ। ਹੈਂ ਤੁਸੀਂ ਫੋਟੋ ਲਾ ਕੇ ਉੱਤੇ ਗੁੰਡਾ ਜਿਹਾ ਲਿਖਿਆ ਸੀ ਨਾ, ਕੁਝ ਗੁੰਡਾ ਨਹੀਂ ਗੈਂਗ ਲਿਖਿਆ ਸੀ ਉੱਤੇ? ਹਾਂ ਮੈਂ ਪੜਿਆ ਸੀਗਾ। ਨਹੀਂ ਹਾਂ ਵੀ ਜੀ ਨੂੰ ਹਮ ਬਾਅਦ ਦੇਖੇ ਹੋਏ ਮਤਲਬ ਨੂੰ, ਬਾਕੀ ਆਪਾਂ ਬਾਅਦ ਵਿੱਚ ਮਿਲਦੇ ਹਾਂ। ਕੀਤਾ ਲੱਗਦਾ ਇੰਡੀਆ ਲਾਦੀ ਆ, ਉਹ ਵੀ ਇੰਡੀਆ ਦੇ ਸ਼ੇਖਾਂ ਨੇ ਓਏ ਸਹੀ ਲਾਦੀ ਆ ਨਾ ਉਹਨੇ ਮੱਛੀ ਐਲ ਵੀ ਥੱਲੇ ਮੱਛੀਆਂ ਦੇਖ ਸ਼ਾਰਕ ਉਧਰ ਉਧਰ ਇੱਥੇ ਇੱਥੇ ਉਹ ਸ਼ਾਰਕ ਕੰਦੀਆਂ ਨੇ। ਆ ਦੇਖੋ ਬਾਈ ਤੇਰਾ ਲਾਉਣੀ ਹੈ। ਹਾਂ ਦੇਖੋ ਰੋਲੈਕਸ 4.5 ਲੱਖ ਦੀ। ਉਮਰ ਦੱਸੋ ਪਹਿਲਾਂ ਘੜੀ ਦੀ, ਫੇਰ ਗੱਲ ਕਰਿਓ। 4.5 ਲੱਖ ਦੀ ਹੈ ਭਾਜੀ, ਨਿਕਲ ਕਰਨ ਵਾਲੀ ਆ ਭਾਜੀ, 35 ਸਾਲ ਪੁਰਾਣੀ ਹੈ। ਇਹਨੇ ਤਾਂ ਤੂੰ ਨਹੀਂ ਜਿੰਨੀ ਦੀ ਇਹ ਘੜੀ। ਅੱਜ ਹੈਗਾ ਮੇਰਾ ਜਨਮ ਦਿਨ, ਮੈਂ ਕਿਹਾ ਮੈਂ ਹੀ ਦੱਸ ਦਿੰਦਾ, ਇਹਨੇ ਤਾਂ ਦੱਸਣਾ ਨਹੀਂ ਹੈਗਾ। ਸਾਰਾ ਅਸੀਂ ਕੀ ਦੱਸੀਏ, ਸਾਨੂੰ ਤਾਂ ਤੂੰ ਦੱਸੋ। ਆਹ ਬੰਦਾ ਜਿਹੜਾ ਤੁਹਾਨੂੰ ਦੇਖਦਾ ਨਾ, ਇਹ 14 ਤਰੀਕ ਨੂੰ ਕੇਕ ਲੈ ਗਿਆ, 15 ਤਰੀਕ ਨੂੰ ਕਟਾਉਣ ਆਇਆ, 16 ਨੂੰ ਕਟਾਉਣਾ ਆ। ਨਹੀਂ 15 ਜਾਣੇ, ਇਹ 24 ਘੰਟੇ ਬੰਦੇ ਮੇਰੇ ਨਾਲ ਰਹਿੰਦੇ ਤੇ ਇਹਨਾਂ ਨੂੰ ਤਰੀਕ ਨੀ ਪਤਾ ਸੀਗੀ। ਨਹੀਂ ਤਰੀਕ ਪਤਾ ਸੀ, ਘਰਦਿਆਂ ਨੇ ਜਾਤਾ ਅੱਗੇ ਪਿੱਛੇ। ਮੰਮੀ ਕਹਿੰਦੀ 15 ਨੂੰ, ਮੈਂ ਕਿਹਾ 16 ਨੂੰ। ਮੰਮੀ ਕਹਿੰਦੀ ਤੈਨੂੰ ਵੱਧ ਪਤਾ? ਇਹਨੇ ਵੀ ਕਿਹਾ ਸੀ, ਮੈਨੂੰ ਕਿਹਾ ਸੀ, ਮੈਂ ਵੀ ਇਹਨੂੰ ਘੂਰਤਾ। ਇਹਨੇ ਵੀ ਕਿਹਾ ਸੀ ਰਾਜੂ ਕਹਿੰਦਾ ਕਿੱਥੇ ਆ, ਦੋ ਦਿਨ ਤਰਸਿਆਂ ਖਾਣ ਨੂੰ।